ਸਾ ਕਰਾਉਂਦੇ ਆ ਕਿ ਸਤਿਗੁਰ ਸੁਖ ਸ਼ਾਂਤੀ ਬਖਸ਼ੋ ਕਿਰਪਾ ਕਰੋ ਫਿਰ ਹੁਣ ਸਤਿਗੁਰਾਂ ਨੇ ਕਿਰਪਾ ਕਰਨੀ ਕਿੱਦਾਂ ਹੈ ਇਹ ਨਹੀਂ ਕਿ ਇਸ ਤਰ੍ਹਾਂ ਹੱਥ ਕਰ ਦੇਣਾ ਵਿੱਚੋਂ ਕੋਈ ਸ਼ਕਤੀ ਨਿਕਲ ਜਾਣੀ ਹੈ ਇਹ ਤਾਂ ਬ੍ਰਾਹਮਣ ਮਤ ਹੈ ਇਹ ਤਾਂ ਸਿਰਫ ਬਣਾਇਆ ਹੋਇਆ ਹੈ ਤਸਵੀਰਾਂ ਵਿੱਚ ਹੋਰ ਕੋਈ ਇਦਾਂ ਦੀ ਗੱਲ ਨਹੀਂ ਸਤਿਗੁਰਾਂ ਦੀ ਕਿਰਪਾ ਫਿਰ ਜਿਸ ਤਰ੍ਹਾਂ ਕਹਿ ਲਈਵੇ ਤੁਹਾਨੂੰ ਕੋਈ ਸਵਾਲ ਹੈ ਤੁਹਾਨੂੰ ਕੋਈ ਦੁੱਖ ਹੈ ਤੁਸੀਂ ਚਾਹੁੰਦੇ ਆ ਕਿ ਸੁੱਖ ਵਿੱਚ ਬਦਲ ਜਾਏ ਦੁੱਖ ਖਤਮ ਹੋ ਜਾਏ ਤਾ ਫੇਰ ਸਤਿਗੁਰ ਉਹ ਦੁੱਖ ਦੂਰ ਕਰਨ ਦਾ ਤਰੀਕਾ ਦੱਸਣਗੇ ਢੰਗ ਦੱਸਣਗੇ ਆਪਣੇ ਬੋਲ ਰਾਂਹੀਂ ਆਪਣੇ ਸ਼ਬਦ ਰਾਂਹੀਂ ਅਜ ਜਦੋਂ ਹੁਣ ਸਤਿਗੁਰਾਂ ਦੀ ਬਾਣੀ ਚੱਲ ਪਈ ਸ਼ਬਦ ਚੱਲ ਪਿਆ ਇਹ ਮਤਲਬ ਸਤਿਗੁਰਾਂ ਦੀ ਕਿਰਪਾ ਆ ਰਹੀ ਹੈ ਇਹ ਹੁਣ ਸਤਿਗੁਰ ਤੁਹਾਡੇ ਸਵਾਲ ਹੱਲ ਕਰ ਰਹੇ ਨੇ ਤੁਹਾਡੇ ਦੁੱਖ ਦੂਰ ਕਰ ਰਹੇ ਨੇ ਇਹ ਕਿਰਪਾ ਨੂੰ ਆਪਣੇ ਹਿਰਦੇ ਵਿੱਚ ਬਸਾਉਣਾ ਆਪਣੀ ਝੋਲੀ ਵਿੱਚ ਆਪਣੇ ਭਾਂਡੇ ਵਿੱਚ ਪਵਾਉਣਾ ਇਹ ਤੁਹਾਡੇ ਵਸ ਹੈ ਕਲੀਆਂ ਅਰਦਾਸਾ ਕਰਨ ਦੇ ਨਾਲ ਕਿਰਪਾ ਨਹੀਂ ਹੁੰਦੀ ਕਿਰਪਾ ਤਦ ਹੁੰਦੀ ਹੈ ਝੋਲੀ ਤਦ ਭਰਦੀ ਹੈ ਜੇ ਆਪਾਂ ਸਤਿਗੁਰ ਦਾ ਜਿਹੜਾ ਬਚਨ ਚੱਲ ਰਿਹਾ ਹੈ ਜਿਹੜਾ ਹੁਕਮ ਸਤਿਗੁਰਾਂ ਨੇ ਦਿੱਤਾ ਹੈ ਉਹਨੂੰ ਝੋਲੀ ਵਿੱਚ ਪਵਾ ਲਈਏ ਉਹਨੂੰ ਆਪਣਾ ਜਿਹੜਾ ਹਿਰਦਾ ਰੂਪੀ ਸਾਡਾ ਭਾਂਡਾ ਹੈ ਇਹਦੇ ਵਿੱਚ ਭਰ ਲਈਏ ਬਾਹਰ ਨਾ ਨਿਕਲ ਲਈਏ